ਸਤਿ ਸ੍ਰੀ ਅਕਾਲ ਅੱਜ ਬਣਾਈਆਂ ਮੱਕਈ ਦੀਆਂ ਰੋਟੀਆਂ ਤੇ ਸਰਸੋਂ ਦਾ ਸਾਗ ਬਹੁਤ ਹੀ ਸਵਾਦੀ ਬਹੁਤ ਹੀ ਮਜ਼ੇਦਾਰ ਐ ਵੇਖੋ ਜੀ ਰੋਲ ਵੀ ਹੋ ਸਕਦੀ ਐ ਮੱਕਈ ਦੀ ਰੋਟੀ ਨਹੀਂ ਤੇ ਬਿਸਕੁਟ ਤਰ੍ਹਾਂ ਦੀ ਮੋਟੀ ਜੀ ਚੰਗੀ ਭਲੀ ਮੋਟੀ ਜੀ ਹੁੰਦੀ ਐ ਸਾਰੇ ਘਰਾਂ 'ਚ ਬਹੁਤ ਸਾਰੇ ਘਰ ਐਸੇ ਨੇ ਜਿਨ੍ਹਾਂ ਨੂੰ ਆਂਦੀ ਵੀ ਐ ਔਰ ਕੁਝ ਐਸੇ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਆਂਦੀ ਦੇਖੋ ਮੈਨੇ ਕਿੰਨੀ ਮਿਹਨਤ ਨਾਲ ਕਿੰਨੀ ਖੂਬਸੂਰਤ ਬਾਰੀਕ ਬਾਰੀਕ ਫੁੱਲੇ ਫੁੱਲੇ ਪਰੌਠੇ ਮਕਈ ਦੇ ਬਣਾਏ ਨੇ ਜੀ ਬਿਲਕੁਲ ਮਕਈ ਦੇ ਹੀ ਹੈ ਇਹ ਵੇਖੋ ਇਹਦੀ ਮੋਟਾਈ ਵੇਖ ਸਕਦੇ ਹੋ ਨਾ ਇਹ ਟੁੱਟੀਏ ਨਾ ਕੁਸਟਰ ਇਹਨੂੰ ਬੇਲ ਸਕਦੇ ਹੋ ਤੁਸੀਂ ਬੇਲ ਕੇ ਤਾ ਬੇਲਨ ਤੇ ਬੇਲ ਕੇ ਇਹਨੂੰ ਨਾ ਟੁੱਟੇਗੀ ਇਹਨੂੰ ਸੇਕ ਵੀ ਸਕਦੇ ਹੋ ਜਿਸ ਤਰ੍ਹਾਂ ਮਰਜ਼ੀ ਬਣਾਓ ਇੰਨੀ ਮਜ਼ੇਦਾਰ ਸੀ ਔਰ 6 ਲੋਕਾਂ ਨੇ ਤੁਹਾਡੀ ਇੰਨੀ ਰੱਜ ਰੱਜ ਕੇ ਤਾਰੀਫ ਕੀਤੀ ਔਰ ਇੱਕ ਬੰਦਾ ਕਹਿੰਦਾ ਜ਼ਰੂਰ ਐਸਾ ਹੁੰਦਾ ਜਿੰਨੀ ਮਰਜ਼ੀ ਤੁਸੀਂ ਮਿਹਨਤ ਕਰ ਲਓ ਜਿੰਨੀ ਮਰਜ਼ੀ ਤੁਸੀਂ ਚੰਗੀ ਚੀਜ਼ ਬਣਾ ਲਓ ਨੇ ਕਹਿਣਾ ਹੁੰਦਾ ਹੈ ਸਾਡੇ ਦੌਰ ਚ ਬਹੁਤ ਸਵਾਦੀ ਚੀਜ਼ਾਂ ਬਣਦੀਆਂ ਸੀ ਇਹਨੂੰ ਤੇ ਹੱਥਾਂ ਨਾਲ ਮਲ ਕੇ ਮਸਲ ਮਸਲ ਕੇ ਤਾੜੀਆਂ ਵਰਗਾ ਇਹਨੂੰ ਛਾਲ ਉਛਾਲ ਕੇ ਬਣਾਈਦਾ ਸੀ ਇਹ ਟਾਇਰ ਜਿਣੀ ਟਿਫਨ ਜਿਣੀ ਰੋਟੀ ਬਣਾਈਏ ਤੇ ਫੇਰ ਹੀ ਸਵਾਦ ਆਉਂਦਾ ਬਸ ਵੀ ਨਹੀਂ ਬਦਲ ਸਕਦਾ ਲੋ ਨਹੀਂ ਬਦਲ ਸਕਦਾ ਜਿਹੜੇ ਪਿੱਛੇ ਨੇ ਉਹ ਪਿੱਛੇ ਵਾਲੀ ਸਵਾਦੀ ਉਹਨਾਂ ਨੂੰ ਲੱਗਦੇ ਨੇ ਕੀ ਕਰਾਂ ਕਿੰਨਾ ਬੁਰਾ ਲੱਗਦਾ ਆਹ ਦੇਖੋ ਸਰ੍ਹੋਂ ਦਾ ਸਾਗ ਕਲਰ ਦੇਖੋ ਇੰਨਾ ਮਜ਼ੇਦਾਰ ਸਰ੍ਹੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਇਹ ਵੇਖੋ ਸਵਾਦ ਆ ਜਾਂਦਾ ਉਹਨਾਂ ਲਈ ਜਿੰਨੀ ਮਿਹਨਤ ਤੁਸੀਂ ਮਰਜ਼ੀ ਕਰ ਲੋ ਉਹਨਾਂ ਨੇ ਇਹੀ ਕਹਿਣਾ ਸਵਾਦ ਹੀ ਨਹੀਂ ਬਣੀ ਐਂਜ ਸਵਾਦ ਨਹੀਂ ਤਾਂ ਹੀ ਸਵਾਦ ਨਹੀਂ ਆਇਆ ਐਡੀ ਬਰੀਕ ਬਣਾਈਏ ਨਾ ਥੋੜੀ ਜਿਹੀ ਮੋਟੀ ਹੁੰਦੀ ਏ ਇਹ ਬਰੀਕ ਨੇ ਦੀ ਕ੍ਰੈਡਿਟ ਤੇ ਦੇ ਦੋ ਕੋਈ ਗੱਲ ਨਹੀਂ ਥੋੜਾ ਜਿਹਾ ਤੇ ਕ੍ਰੈਡਿਟ ਦੇ ਦੋ ਨਾ ਬਈ ਇਹ ਤੇ ਮੋਟੀ ਜੀ ਹੁੰਦੀ ਏ ਤੇ ਐਡੀ ਬਰੀਕ ਤੂੰ ਐਡੀਆਂ ਡੀਆਂ ਬਰੀਕ ਕਿਵੇਂ ਬਣਾ ਲਈਆਂ ਇਹ ਤੇ ਬਰੀਕ ਨਹੀਂ ਬਣ ਸਕਦੀਆਂ ਤੇ ਮੋਟੀਆਂ-ਮੋਟੀਆਂ ਹੁੰਦੀਆਂ ਨੇ ਤੇ ਉਹਦਾ ਹੀ ਸਵਾਦ ਆਉਂਦਾ ਲਓ ਕਰ ਲੋ ਗੱਲ